ਮਤਲਬ ਕੀ ਨਾਮ ਹੈ ਤੁਹਾਡਾ ਸਿੰਦਰ ਕੌਰ ਕੱਲ ਅੱਜ ਸਵੇਰੇ 10 ਵਜੇ ਕੋਈ ਕੁੜੀ ਕਿਡਨੈਪ ਕੀਤੀ ਕੀ ਮਾਮਲਾ ਸੀਗਾ ਜੀ ਮਾਮਲੇ ਦਾ ਕੋਈ ਪਤਾ ਨਹੀਂ ਜੀ ਕੀ ਮਾਮਲਾ ਸੀ ਪਰ ਤਿੰਨ ਗੱਡੀ ਦੇ ਆਏ ਆ ਕਿੱਥੇ ਕਿੱਥੇ ਬੈਠੀ ਕਿੱਥੇ ਸੀ ਬੈਠੀ ਸਾਡੀ ਥੜੀ ਤੇ ਬੈਠੀ ਸੀ ਅੱਛਾ ਕੌਣ ਸੀਗੇ ਉਹ ਜਾਣਦੇ ਨਹੀਂ ਕੋਈ ਵੀ ਉਹਨੂੰ ਕਾਤੇ ਆਏ ਸੀਗੇ ਗੱਡੀ ਤੇ ਸੀ ਕਿੰਨੇ ਜਾਣੇ ਸੀਗੇ ਤਿੰਨ ਜਾਣੇ ਸੀਗੇ ਇੱਕ ਨਾਲ ਬੁੜੀ ਸੀਗੀ ਅੱਛਾ ਜੀ ਘੜੀਜ ਕੇ ਲੈ ਗਏ ਉਹਨੇ ਆਪਦਾ ਪਰਸ ਵੀ ਸਿੱਟਿਆ ਵਾ ਆਪਦਾ ਮੋਬਾਈਲ ਵੀ ਸਿੱਟਿਆ ਵਾ ਧੱਕੇ ਨਾਲ ਬਾਅਦ ਮੂੰਹ ਕੁੱਟ ਕੇ ਬਾਅਦ ਗੱਡੀ ਸੱਟ ਲਈ ਅੱਛਾ ਤੇ ਕਿੱਧਰ ਨੂੰ ਲੈ ਕੇ ਗਏ ਇੱਧਰ ਨੂੰ ਪਹਾੜਾ ਸਿੰਘ ਚੌਂਕ ਵੱਲ ਤੇ ਕੋਈ ਦੱਸਦੇ ਵੀ ਕੀ ਕੀ ਨਹੀਂ ਕੋਈ ਨਹੀਂ ਪਤਾ ਲੱਗਾ ਹਾਲ ਤੇ ਤਾਂ ਕਿੰਨੇ ਸਾਲ ਦੀ ਸੀ ਕੁੜੀ 20 22 ਸਾਲ ਦੀ 22 ਸਾਲ ਠੀਕ ਹੈ ਸਰ ਇੱਕ ਲੜਕੀ ਗਵਾਹ ਹੋਣ ਦਾ ਮਾਮਲਾ ਸਾਹਮਣੇ ਆਇਆ ਕੀ ਮਾਮਲਾ ਹੈ ਕੀ ਕਾਰਵਾਈ ਹੈ ਇੱਕ ਕੁਲਦੀਪ ਕੌਰ ਡਾਟਰ ਆਫ ਸੁਭਾ ਸਿੰਘ ਜੋ ਡਿਵੋਰਸੀ ਹੈ ਕੁੜੀ ਇਹਦਾ ਪਿੰਡ ਹੈਗਾ ਮੰਗੇ ਖਾਨ ਜੀਰੇ ਦੇ ਕੋਲ ਉਹ ਸੁਭਾ ਆਪਣੇ ਬ੍ਰਦਰ ਨਾਲ ਨਾ ਇੱਥੇ ਉਹ ਕੋਈ ਪ੍ਰੀਤ ਨਾਂ ਦੀ ਲੜਕੀ ਨਾਲ ਉਹ ਇੱਥੇ ਕੋਈ ਉਹਨਾਂ ਦੇ ਝਾੜੂ ਪੋਚੇ ਦਾ ਕੰਮ ਕਰਦੀ ਸੀ ਉਹ ਲੈ ਆਪਦੇ ਪੈਸੇ ਲੈਣ ਆਈ ਸੀ ਉਹ ਆਪਣੇ ਬ੍ਰਦਰ ਨੂੰ ਕਹਿੰਦੇ ਵੀ ਤੂੰ ਸਾਈਡ 'ਤੇ ਹੋ ਜਾ ਥੋੜ੍ਹਾ ਜਿਹਾ ਵੀ ਮੈਂ ਪੈਸੇ ਤੇਰੇ ਸਾਹਮਣੇ ਉਹਨਾਂ ਨੇ ਮੈਨੂੰ ਪੈਸੇ ਨਹੀਂ ਦੇਣੇ ਇਸ ਕਰਕੇ ਉਹ ਜਦੋਂ ਥੋੜ੍ਹਾ ਸਾਈਡ 'ਤੇ ਹੋ ਕੇ ਉਹਨਾਂ ਨੇ ਆਪਦੇ ਬ੍ਰਦਰ ਨੂੰ ਫੋਨ ਕਰਨ ਲੱਗ ਪਿਆ ਇੱਕ ਅਲਟੋ ਗੱਡੀ ਆਈ ਵਾਈਟ ਕਲਰ ਦੀ ਉਹ ਉਹਦੇ 'ਚੋਂ ਇੱਕ ਲੜਕਾ ਨਿਕਲਿਆ ਉਹਨੂੰ ਵੀ ਬਾਂਹ ਫੜ ਕੇ ਵਿੱਚ ਬਿਠਾ ਕੇ ਅਤੇ ਉਹਨੂੰ ਕਿਡਨੈਪ ਕਰਕੇ ਲੈ ਗਏ ਅੱਗੇ ਬਸ ਅਸੀਂ ਉਹਦਾ ਬਿਆਨ ਲਿਖ ਰਹੇ ਹਾਂ ਅਤੇ ਫਰਦਰ ਕਾਰਵਾਈ ਜੋ ਵੀ ਹੈਗੀ CCTV ਕੈਮਰੇ 'ਤੇ ਕਾਲ ਡਿਟੇਲ ਲੈ ਕੇ ਫਰਦਰ ਕਾਰਵਾਈ ਅਮਲ 'ਚ ਲਿਆ ਸਾਹਮਣੇ ਆਇਆ ਜੀ ਨਹੀਂ ਹਜੇ ਤੱਕ ਕੋਈ ਨਹੀਂ ਕੀ ਕਾਰਨ ਕੀ ਹੈ ਕੌਣ ਲੋਕ ਲੈ ਕੇ ਗਏ ਨਹੀਂ ਹਜੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਫਿਰ ਅੱਗੇ